ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਤੋਂ। ਅੱਜ ਦੋਸਤੋ ਮੈਂ ਗੱਲ ਕਰੂੰਗਾ ਆਪਣੇ ਉਹਨਾਂ ਦੋਸਤਾਂ ਵਾਸਤੇ ਜਿਹੜੇ ਮੇਰੇ ਦੋਸਤ ਸਟੱਡੀ ਕਰਨ ਵਾਸਤੇ ਅਬਰੋਡ ਜਾਣਾ ਚਾਹੁੰਦੇ ਆ, ਯੂਰਪ ਜਾਣਾ ਚਾਹੁੰਦੇ ਆ, ਅਤੇ ਲੇਕਿਨ ਉਹਨਾਂ ਦਾ ਇੱਕ ਤਾਂ ਗੈਪ ਹੈਗਾ ਵਾ, ਏਜ ਜਿਹੜੀ ਆ 25 ਪਲੱਸ ਹੋ ਚੁੱਕੀ ਆ, 30 ਤੋਂ ਅੰਡਰ ਆ, ਅਤੇ ਫੈਮਲੀ ਆ ਲਾਈਕ ਅ ਵਾਈਫ ਆ ਜਾਂ ਉਹਨਾਂ ਦੇ ਖਿਡਸ ਆ, ਉਹਨਾਂ ਨੂੰ ਉਹ ਛੱਡ ਕੇ ਅਬਰੋਡ ਨਹੀਂ ਜਾ ਸਕਦੇ। ਠੀਕ ਆ, ਮੈਂ ਇਸ ਤਰ੍ਹਾਂ ਦਾ ਮੁਲਕ ਲੈ ਕੇ ਆਇਆ ਵਾਂ ਕਿ ਜਿਹਦੇ ਵਿੱਚ ਅਗਰ ਯੂਰਪ ਦਾ ਕੰਟਰੀ ਜਿਹਦੇ ਵਿੱਚ ਅਗਰ ਤੁਹਾਡੇ ਸਟੱਡੀ ਦੇ ਵਿੱਚ ਗੈਪ ਵੀ ਆ, ਤੁਸੀਂ ਇੰਟਰਮੀਡੀਏਟ ਮਿਨੀਮਮ ਇੰਟਰਮੀਡੀਏਟ ਹੋਣਾ ਚਾਹੀਦਾ ਬੰਦਾ ਉਹ ਆ, ਅਤੇ ਆਪਣੀ ਫੈਮਲੀ ਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦਾ ਵਾ, ਆਈਲੈਟਸ ਉਹਨੇ ਨਹੀਂ ਕੀਤਾ। ਅੱਜ ਡੇਟ ਹੈਗੀ ਆ 20th of April 2024, ਅੱਜ ਤੱਕ ਜਦੋਂ ਮੈਂ ਵੀਡੀਓ ਬਣਾ ਰਿਹਾ ਵਾਂ, ਆਈਲੈਟਸ ਕੰਪਲਸਰੀ ਨਹੀਂ ਆ। ਜਿਹਦੀ ਮੈਂ ਗੱਲ ਕਰ ਰਿਹਾ ਕੰਟਰੀ ਉਹਦੀਆਂ ਕੁਛ ਯੂਨੀਵਰਸਿਟੀ ਉਸ ਕੰਟਰੀ ਦੀਆਂ। ਅਤੇ ਚਲੋ ਜੀ, ਅਸੀਂ ਆਪਣੇ ਵੀਡੀਓ ਦੀ ਤਰਫ ਚੱਲਦੇ ਹਾਂ, ਆਪਣੇ ਟੋਪਿਕ ਦੀ ਤਰਫ। ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣਾ, ਅਗਰ ਵੀਡੀਓ ਪਸੰਦ ਆਵੇ ਪਲੀਜ਼ ਲਾਈਕ ਸ਼ੇਅਰ ਤਾਂ ਕਮੈਂਟ ਕਰਨਾ, ਬੈੱਲ ਆਈਕਨ ਨੂੰ ਪ੍ਰੈਸ ਕਰ ਲੈਣਾ। ਅਤੇ ਦੂਸਰਾ, ਜਿਹੜੇ ਮੇਰੇ ਨਵੇਂ ਆਉਣ ਵਾਲੇ ਦੋਸਤ ਆ, ਵੈਲਕਮ, ਅਤੇ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣ, ਥੈਂਕ ਯੂ ਸੋ ਵੈਰੀ ਮੱਚ। ਅਸੀਂ ਆਪਣੇ ਟੋਪਿਕ ਦੀ ਤਰਫ ਜਾਣ ਤੋਂ ਪਹਿਲਾਂ ਮੈਂ ਛੋਟੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਦੇ ਦੇਵਾਂ। ਪਾਕਿਸਤਾਨ ਤਾਂ ਇੰਡੀਆ ਦੇ ਵਿੱਚ ਜਿਹੜੇ ਏਜੰਟ ਲੋਕ ਹੈਗੇ ਆ, ਇਹ ਕੈਨੇਡਾ ਦਾ ਵਰਕ ਪਰਮਿਟ ਦੇ ਨਾਂ ਦੇ ਉੱਤੇ ਇਹ ਫਰੋਡ ਕਰ ਰਹੇ ਆ। 70 ਲੱਖ ਰੁਪਇਆ, 80 ਲੱਖ ਰੁਪਇਆ, ਜਿੱਥੇ ਉਹਨਾਂ ਦਾ ਕੋਈ ਦਾਅ ਲੱਗਦਾ ਵਾ, 60 ਲੱਖ ਰੁਪਇਆ, ਉਹ ਤੁਹਾਡੇ ਕੋਲ ਲੈ ਕੇ ਅਤੇ ਤੁਹਾਨੂੰ ਫੇਕ ਵੀਜ਼ਾ ਦੇ ਦਿੰਦੇ ਆ। ਅਤੇ ਜਦੋਂ ਤੁਸੀਂ ਕੈਨੇਡੀਅਨ ਏਅਰਪੋਰਟ 'ਤੇ ਪਹੁੰਚਦੇ ਆ, ਟੋਰਾਂਟੋ 'ਤੇ ਜਾਂ ਕਿੱਥੇ ਵੀ, ਉਹ ਤੁਹਾਨੂੰ ਡਿਪੋਰਟ ਕਰ ਦਿੰਦੇ ਆ। ਮੈਂ ਬੀ ਅਵੇਅਰ ਰਹੋ, ਮੈਂ ਤੁਹਾਨੂੰ ਇੱਕ ਟਿਪ ਦੇ ਦਿੰਦਾ ਵਾਂ, ਤੁਸੀਂ ਇਸ ਤਰ੍ਹਾਂ ਕਰਿਓ, ਨੈਕਸਟ ਟਾਈਮ ਕੋਈ ਵੀ ਮੇਰਾ ਦੋਸਤ ਆ, ਮਤਲਬ ਅਗਰ ਉਹ ਬਜ਼ੇਦਾ ਕਿ ਨਹੀਂ ਜੀ ਮੈਂ ਪੈਸੇ ਦੇ ਕੇ ਹੀ ਕੈਨੇਡਾ ਜਾਣਾ ਵਾਂ, ਅਤੇ ਉਹ ਤੁਸੀਂ ਉਹਨਾਂ ਨੂੰ ਕਰੋ ਕਿ ਮੈਨੂੰ ਜੋਬ ਕੰਟਰੈਕਟ ਲੈਟਰ ਦਿਓ, ਠੀਕ ਆ, ਜਾਂ ਉਸ ਕੰਪਨੀ ਦਾ ਫੋਨ ਨੰਬਰ ਦੇ ਦਿਓ ਜਿੱਥੋਂ ਤੁਸੀਂ ਮੇਰਾ ਵੀਜ਼ਾ ਕਢਾਇਆ ਵਾ। ਠੀਕ, ਤੁਸੀਂ ਉਹਨਾਂ ਨੂੰ ਆਪ ਕਾਲ ਕਰੋ, ਉਹ ਰਜਿਸਟਰਡ ਕੰਪਨੀ ਹੋਣੀ ਚਾਹੀਦੀ ਆ। ਕੋਈ ਬੰਦਾ ਮਤਲਬ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ, ਫੌਜ ਫਰੋਡ ਆ ਜਾਂ ਕੋਈ ਤੁਹਾਡਾ ਉੱਥੇ ਕੋਈ ਜਾਣਨ ਵਾਲਾ ਹੈਗਾ, ਉਹਨਾਂ ਨੂੰ ਕਹੋ ਕਿ ਉਹਨਾਂ ਨੂੰ ਫੋਨ ਕਰਕੇ ਜਾਂ ਉੱਥੇ ਫਿਜ਼ੀਕਲੀ ਜਾ ਕੇ ਚੈੱਕ ਕਰਨ ਕਿ ਉਹ ਕੰਪਨੀ ਆਇਆ ਹੈ ਕਿ ਨਹੀਂ ਹੈ, ਉਸ ਤੋਂ ਬਾਅਦ ਪੈਸੇ ਦਿਓ। ਅੱਛਾ ਜੀ, ਅੱਜ ਅਸੀਂ ਗੱਲ ਕਰਦੇ ਹਾਂ ਦੋਸਤੋ ਫਿਨਲੈਂਡ ਦੇ ਮੁਤਲਕ। ਅਸੀਂ ਆਪਣੇ ਅਸਲ ਟੋਪਿਕ ਦੀ ਤਰਫ ਆਉਂਦੇ ਹਾਂ, ਫਿਨਲੈਂਡ ਦੀ ਤਰਫ। ਫਿਨਲੈਂਡ ਦੇ ਵਿੱਚ ਇਸ ਤਰ੍ਹਾਂ ਹਲੇ ਵੀ ਉਹਨਾਂ ਦੀਆਂ ਕਈ ਯੂਨੀਵਰਸਿਟੀਜ਼ ਐਸੀਆਂ ਵਾਂ ਜਿਹੜੀਆਂ ਮਤਲਬ ਪਾਕਿਸਤਾਨੀ ਤਾਂ ਇੰਡੀਅਨ ਸਟੂਡੈਂਟ ਜਿਹੜੇ ਨੌਨ ਈਯੂ ਨੈਸ਼ਨਲ ਸਟੂਡੈਂਟਸ ਆ, ਮੈਚਿਓਰ ਸਟੂਡੈਂਟ ਦੀ ਮੈਂ ਗੱਲ ਕਰ ਰਿਹਾ ਵਾਂ, ਕਿ ਉਹਨਾਂ ਦੇ ਕੋਲ ਇੰਟਰਮੀਡੀਏਟ ਦਾ ਸਰਟੀਫਿਕੇਟ ਹੈਗਾ ਵਾ, ਆਈਲੈਟਸ ਉਹਨਾਂ ਨੇ ਨਹੀਂ ਕੀਤਾ। ਅੱਛਾ, ਇੱਕ ਚੀਜ਼ ਮੈਂ ਹੋਰ ਦੱਸ ਦਵਾਂ, ਆਈਲੈਟਸ ਨਹੀਂ ਉਹ ਮੰਗਦੇ, PTE ਇੱਕ ਕੋਰਸ ਹੁੰਦਾ ਵਾ, ਉਹ ਸਾਰੇ ਲੋਕ ਜਾਣਦੇ ਆ, ਉਹ ਤੁਹਾਡਾ ਹੋਣਾ ਲਾਜ਼ਮੀ ਆ, ਇਹ ਯਾਦ ਰੱਖਿਓ। ਤਕਰੀਬਨ ਸਾਰਾ ਸਾਲ ਉੱਥੇ ਦਾਖਲੇ ਖੁੱਲ੍ਹੇ ਰਹਿੰਦੇ ਆ, ਮੋਸਟ ਆਫ ਦੈਮ ਜਿਹੜੇ ਆ ਸੈਪਟੈਂਬਰ ਦੇ ਵਿੱਚ ਸ਼ੁਰੂ ਹੁੰਦੇ ਆ, ਜਨਵਰੀ 'ਚ ਸ਼ੁਰੂ ਹੁੰਦੇ ਆ, ਔਗਸਟ ਦੇ ਵਿੱਚ ਸ਼ੁਰੂ ਹੁੰਦੇ ਆ। ਅਤੇ ਅਗਰ ਜਿਹਨਾਂ ਦੋਸਤਾਂ ਦੇ ਕੋਲ ਇੰਟਰਮੀਡੀਏਟ ਦੇ ਸਰਟੀਫਿਕੇਟ ਹੈ ਵਾ, ਉਹ ਹੁਣੇ ਤੋਂ ਤਿਆਰੀ ਸ਼ੁਰੂ PTE ਦੀ ਕਰ ਦੇਣ। ਤੁਸੀਂ ਫੈਮਲੀ ਲੈ ਕੇ ਜਾ ਸਕਦੇ ਆ, ਵੈਰੀ ਈਜ਼ੀ ਆ ਉੱਥੇ, 4 ਸਾਲ ਅਗਰ ਤੁਹਾਡੀ ਫੈਮਲੀ ਉੱਥੇ ਰਹਿੰਦੀ ਤੁਹਾਡੇ ਨਾਲ, ਬੇਗਮ ਨੂੰ ਸਪਾਊਸ ਵੀਜ਼ਾ ਲੱਭ ਜੂਗਾ, ਫੁੱਲ ਟਾਈਮ ਜੋਬ ਅਲਾਊਡ ਆ, ਤੁਹਾਨੂੰ ਬੀਇੰਗ ਆ ਸਟੂਡੈਂਟ 30 ਆਵਰਸ ਅਲਾਊਡ ਆ। 30 ਆਵਰਸ ਯੂਰਪ ਦੇ ਵਿੱਚ ਕਹਿੰਦੇ ਆ ਕਿ ਇਹ ਫੁੱਲ ਟਾਈਮ ਹੀ ਕੰਸਿਡਰ ਹੁੰਦੀ ਆ ਜੋਬ, ਠੀਕ ਆ। ਅੱਛਾ, ਇੱਕ ਚੀਜ਼ ਹੋਰ ਆ ਉੱਥੇ,
ਅਗਰ ਤੁਸੀਂ ਸਟੂਡੈਂਟ ਅਕੋਮੋਡੇਸ਼ਨ ਉਹਨਾਂ ਨੂੰ ਕਹੋਗੇ ਨਾ ਯੂਨੀਵਰਸਿਟੀ ਨੂੰ ਆਪਣੇ ਇੰਸਟੀਟਿਊਟ ਨੂੰ, ਅਗਰ ਤੁਹਾਨੂੰ ਵੀਜ਼ਾ ਲੱਭ ਜਾਂਦਾ ਕਿ ਮੈਨੂੰ ਵੀਜ਼ਾ ਲੱਗਣ ਤੋਂ ਸੋਰੀ ਪਹਿਲੇ, ਤੁਸੀਂ ਕਹਿੰਦੇ ਕਿ ਮੈਂ ਜਿਹੜੀ ਆ ਉੱਥੇ ਦੀ ਸਟੂਡੈਂਟ ਅਕੋਮੋਡੇਸ਼ਨ ਮੈਂ ਲੈਣਾ ਚਾਹੁੰਦਾ ਵਾਂ, ਤੁਹਾਡੇ ਚਾਂਸਿਸ ਬਹੁਤ ਘੱਟ ਹੋਣੇ ਆ, ਤੁਸੀਂ ਨਾ ਕਹੋ ਕਿ ਮੈਂ ਆਪਣੀ ਮੈਂ ਲਾਊਂਗਾ ਇਹ ਅਕੋਮੋਡੇਸ਼ਨ ਜਿਹੜੀ ਆ। ਉਹਦੇ ਵਿੱਚ ਫਿਨਲੈਂਡ ਦੇ ਵਿੱਚ ਇੱਕ ਲਾਅ ਵਾ ਉੱਥੇ ਕਿ ਜਿਹੜੇ ਸਟੂਡੈਂਟ ਆ ਨਾ ਉਹਨਾਂ ਦੀ ਅੱਧੀ ਜਿਹੜੀ ਅਕੋਮੋਡੇਸ਼ਨ ਹੁੰਦੀ ਆ ਉਹ ਸਟੂਡੈਂਟ ਪੇ ਕਰਦਾ ਵਾ ਅਤੇ 50% ਗਵਰਨਮੈਂਟ ਉਹਨਾਂ ਦੀ ਪੇ ਕਰਦੀ ਆ। ਉੱਥੇ ਜੋਬ ਉਹ ਸੋਰੀ ਅਕੋਮੋਡੇਸ਼ਨ ਨਹੀਂ ਲੱਭ ਰਹੀ ਸਟੂਡੈਂਟਸ ਨੂੰ, ਅਤੇ ਪਲੀਜ਼ ਤੁਸੀਂ ਆਪਣੀ ਅਕੋਮੋਡੇਸ਼ਨ ਲਓ ਅਤੇ ਬਾਅਦ ਦੇ ਵਿੱਚੋਂ ਤੁਸੀਂ ਉਹਨੂੰ ਸਵਿਚ ਕਰ ਸਕਦੇ ਆ ਫਰ ਲਾਈਕ ਆਫਟਰ ਕਪਲ ਆਫ ਮੰਥ ਔਰ ਮੇ ਬੀ ਆਫਟਰ 1 year। ਅਤੇ ਇਹ ਇੱਕ ਟਿਪ ਸੀਗੀ। ਅੱਛਾ, ਦੂਸਰਾ ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਕਿ PTE ਲਾਜ਼ਮੀ ਅੱਜ ਤੋਂ ਤੁਸੀਂ ਤਿਆਰੀ ਸ਼ੁਰੂ ਕਰ ਦਿਓ। ਉਹ BBA ਵੀ ਕਰਵਾ ਰਹੇ ਆ, BA ਵੀ ਕਰਵਾ ਰਹੇ ਆ, ਟੈਕ ਵੀ ਕਰਵਾ ਰਹੇ ਆ, ਇਨਫੋਰਮੇਸ਼ਨ ਟੈਕਨੋਲੋਜੀ IT ਵੀ ਕਰਵਾ ਰਹੇ ਆ, ਨਰਸਿੰਗ ਵੀ ਕਰਵਾ ਰਹੇ ਆ। ਕੁਛ ਨਰਸਿੰਗ ਦੇ ਜਿਹੜੇ ਮੋਜੂਅਲ ਦਾ ਜਾਂ ਉਹ ਕੁਛ ਸਾਲ ਦੀ ਫੀਸ ਆ, ਮੈਂ ਹਾਲ ਇੱਕ ਸਾਲ ਦੀ ਫੀਸ ਉਹ ਤੁਹਾਨੂੰ ਮਾਫ ਹੈਗੀ ਉੱਥੇ, ਅਤੇ 4 ਸਾਲ ਬਾਅਦ ਤੁਸੀਂ ਐਲੀਜੀਬਲ ਹੋ ਆਪਣੀ ਪਰਮਾਨੈਂਟ ਰੈਜੀਡੈਂਸੀ ਵਾਸਤੇ। ਬੱਚਿਆਂ ਨੂੰ ਬੱਚੇ ਜਿਹੜੇ ਤੁਹਾਡੇ ਉੱਥੇ ਆ, ਸਕੂਲ ਫਰੀ ਆ, ਡਾਕਟਰ ਫਰੀ ਆ, ਅਤੇ ਉਹਨਾਂ ਦਾ ਜਿਹੜਾ ਵਾ 4 ਸਾਲ ਬਾਅਦ ਉਹ ਐਲੀਜੀਬਲ ਹੋ ਜਾਂਦੇ ਆ ਆਪਣੇ ਪਾਸਪੋਰਟ ਵਾਸਤੇ। ਜਿਹੜੇ ਮਾਈਨਰਸ ਹੈਗੇ ਆ ਤੁਹਾਨੂੰ ਥੋੜ੍ਹਾ ਟਾਈਮ ਲੱਗੂਗਾ, ਤੁਹਾਡੇ ਲਈ ਸ਼ਾਇਦ ਲੈਂਗੁਏਜ ਦਾ ਵੀ ਬੈਰੀਅਰ ਹੋਵੇ ਕਿ ਤੁਸੀਂ ਲੈਂਗੁਏਜ ਪਾਸ ਕਰਕੇ ਫਿਰ ਤੁਸੀਂ ਫਿਨਲੈਂਡ ਦਾ ਪਾਸਪੋਰਟ ਅਪਲਾਈ ਕਰ ਸਕਦੇ ਆ। ਅੱਛਾ ਜੀ, ਉੱਥੇ ਜਿਹੜੀ ਮੈਂ ਤੁਹਾਨੂੰ ਯੂਨੀਵਰਸਿਟੀ ਦੱਸਦਾ ਪਿਆ ਸੀ, ਯੂਨੀਵਰਸਿਟੀ ਉੱਥੇ ਹੈਗੀ ਆ ਮੈਟਰੋਪੋਲੀਆ ਯੂਨੀਵਰਸਿਟੀ। ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਦਾ ਮੈਂ ਲਿੰਕ ਸ਼ੇਅਰ ਕਰ ਦਊਂਗਾ, ਅਤੇ ਦੂਸਰਾ ਮੈਂ ਇਹਨਾਂ ਦੀ ਵੈਬਸਾਈਟ ਵੀ ਦੱਸ ਦਊਂਗਾ ਤੁਹਾਨੂੰ, ਅਤੇ ਉਹਨਾਂ ਦਾ ਫੋਨ ਨੰਬਰ ਵੀ ਦੱਸ ਦਊਂਗਾ, ਈਮੇਲ ਐਡਰੈਸ ਵੀ ਦੱਸ ਦਊਂਗਾ। ਠੀਕ ਹੈ ਨਾ, ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਸਕਰੀਨ 'ਤੇ ਵੀ ਚਲਾ ਦਵਾਂ, ਲੇਕਿਨ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਚੀਜ਼ ਹੋਏਗੀ ਜ਼ਰੂਰ। ਅੱਛਾ ਦੋਸਤੋ, ਇੱਕ ਚੀਜ਼ ਹੋਰ, ਅਗਰ ਮੈਨੂੰ ਕੋਈ ਚੀਜ਼ ਭੁੱਲ ਗਈ ਹੋਵੇ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਨਾ, ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਵਾਬ ਦੇ ਸਕਾਂ। ਅਤੇ ਅਗਰ ਵੀਡੀਓ ਪਸੰਦ ਆਈ ਤਾਂ ਇਹਨੂੰ ਲਾਈਕ ਜ਼ਰੂਰ ਕਰਨਾ ਅਤੇ ਦੋਸਤਾਂ ਦੇ ਨਾਲ ਸ਼ੇਅਰ ਕਰਨਾ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਫਿਰ ਮੁਲਾਕਾਤ ਹੋਏਗੀ। ਆਪਣਾ ਖਿਆਲ ਰੱਖਿਓ, ਗੁੱਡ ਲੱਕ।